ਪਰਮਜੀਤ ਸਿੰਘ ਬੋਲਦਾ ਪਿਆ ਇੱਥੋਂ ਬ੍ਰੈਂਪਟਨ ਤੋਂ ਜੀ। ਪਰਮਜੀਤ ਸਿੰਘ ਬ੍ਰੈਂਪਟਨ ਤੋਂ, ਮਿਹਰਬਾਨੀ ਜੀ। ਹਾਂਜੀ ਪਰਮਜੀਤ ਜੀ। ਅੱਛਾ, ਇਹ ਨਾ ਜਿਹੜੀ ਇਹਨੇ ਕੇਜਰੀਵਾਲ ਨੇ ਨਾ ਅਪਲਾਈ ਕੀਤੀ ਨਾ ਪਾਲਿਸੀ ਕਿ ਮੈਂ ਰਿਜ਼ਾਈਨ ਕਰ ਦਿੰਦਾ ਵਾਂ ਤੇ ਜਦੋਂ ਦੁਬਾਰਾ ਇਲੈਕਸ਼ਨ ਹੋਏਗੀ ਤੇ ਉਹ ਪੀਪਲ ਦਾ ਵਰਡਿਕਟ ਹੋਏਗਾ ਵੀ ਮੈਨੂੰ ਤੁਸੀਂ ਗਿਲਟੀ ਨਾਟ ਗਿਲਟੀ ਕਿਹਾ ਵਾ, ਠੀਕ ਹੈ ਨਾ। ਰਾਈਟ। ਹੁਣ ਜੇ ਇਹ ਪਾਲਿਸੀ ਠੀਕ ਹੈ ਤੇ ਇਹਨੂੰ ਕੋਈ ਪੁੱਛੇ ਵੀ ਭਾਈ ਅਮਰ ਸਿੰਘ ਨੂੰ ਜਦੋਂ ਤੁਸੀਂ ਅਰੈਸਟ ਕਰ ਲਿਆ ਤੇ ਉਹਨੂੰ ਜਦੋਂ 2 ਲੱਖ 4 ਲੱਖ ਵੋਟ ਪਈ ਆ ਤੇ ਉਹਨੂੰ ਉਹਨੂੰ ਤੁਸੀਂ ਜਿੱਤਿਆ ਵਾ ਤੇ ਉਹਨੂੰ ਨੀ ਕਿਸੇ ਨੇ ਕਿ ਇਹ ਹੁਣ ਪੀਪਲ ਨੇ ਇਹਨੂੰ ਨਾਟ ਸਪੀਕਰ ਲੋਕ ਸਭਾ ਦੇ ਨਾਲ ਸਹੁੰ ਖਾਧੀ, ਉੱਥੇ ਵੀ ਲਿਖਿਆ ਸੀ ਮੈਂ ਸੰਵਿਧਾਨ ਦੀ ਸਹੁੰ ਖਾਂਦਾ ਵਾਂ, ਤੇ ਕਿਹੜਾ ਐਸਾ ਉਹਨੇ ਟੈਰਰ ਕੀਤਾ ਸੀਗਾ ਵੀ ਤੁਸੀਂ ਉਹਨੂੰ ਬਾਹਰ ਨੀ ਕੱਢਦੇ। ਹੁਣ ਤੋਂ 4 ਮਹੀਨੇ ਦੀ ਇੱਕ ਡੰਮੀ ਬੰਦੇ ਨੂੰ ਬਿਠਾਇਆ, ਜਦਕਿ ਸਿਸੋਦੀਆ ਨੂੰ ਤੈਨੂੰ ਬਿਠਾਉਣਾ ਚਾਹੀਦਾ ਸੀਗਾ ਵੀ ਸਿਸੋਦੀਆ ਸੀਗਾ, ਕਹਿੰਦਾ ਵੀ ਉਹਦੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਤੇ ਉਹ ਬਣੇਗਾ, ਬਟ ਤੂੰ ਇੱਕ ਡੰਮੀ ਸੀਟ ਤੇ ਬਣਾ ਕੇ ਵੀ ਤਾਂ ਜੋ ਮੇਰੀ ਸੀਟ ਖਾਲੀ ਰਵੇ। ਜੇ ਤੂੰ ਪ੍ਰਾਈਮ ਮਿਨਿਸਟਰ ਦਾ ਚਾਹਵਾਨ ਆ ਤੇ ਇੱਕ ਇੱਕ ਛੋਟੀ ਜਿਹੀ ਸਟੇਟ ਆ ਜਸਟ ਲਾਈਕ ਅ ਮੇਅਰ ਆ, ਸੀਨੀਅਰ ਮੇਅਰ ਆ ਦਿੱਲੀ ਦਾ, ਇੱਕ ਪੂਰੀ ਨਹੀਂ ਹੈਗੀ, ਤੇ ਤੂੰ ਬਣਦੇ ਇਹਨੂੰ ਫੁੱਲ ਫਲੈਜ ਜਿਹੜਾ ਵੀ ਕਹਿੰਦਾ ਵੀ ਦਾ ਪੀਪਲ ਜਿਹੜੇ ਵੀ MLA ਸਿਲੈਕਟ ਕਰਨਗੇ ਉਹ ਬਣਾ ਲੈਣ, ਮੈਂ ਹੁਣ ਸਿਰਫ ਹਿੰਦੁਸਤਾਨ ਜਾਂ ਇਹਦੀ ਸੇਵਾ ਕਰਾਂਗਾ, ਠੀਕ ਹੈ। ਲੇਕਿਨ ਤੂੰ ਫਿਰ ਵੀ ਕੁਰਸੀ ਦਾ ਚਾਹਵਾਨ ਹੈ, ਤੂੰ ਥੋੜੀ ਦੇਰ ਬਾਅਦ ਚਾਹੁੰਦਾ ਵੀ ਮੈਂ ਹੀ ਕੁਰਸੀ ਦੇ ਉੱਤੇ ਬੈਠਾ, ਇਹ ਇਹ ਪਾਲਿਸੀ ਠੀਕ ਨਹੀਂ। ਸਭ ਤੋਂ ਵੱਡਾ ਜਿਹੜੀ ਮੈਂ ਐਗਜਾਮਪਲ ਦਿੱਤੀ ਅੰਮ੍ਰਿਤਪਾਲ ਸਿੰਘ ਦੀ, ਉਹਨੂੰ ਹੁਣ ਇਹਨੇ ਕਿਉਂਕਿ ਇਹ ਭਗਵੰਤ ਮਾਨ ਇਸ ਵੇਲੇ ਅਮਿਤ ਸ਼ਾਹ ਦੇ ਨਾਲ ਪੂਰੀ ਅਗੇਟਮੈਂਟ ਕਰਕੇ ਬੈਠਾ ਆ, ਇਹਦੇ ਕੇਜਰੀਵਾਲ ਦੇ ਰਿਲੇਸ਼ਨ ਉਹਦੇ ਇਸੇ ਕਰਕੇ ਖਰਾਬ ਹੋ ਰਿਹਾ ਕਿਉਂਕਿ ਉਹਨਾਂ ਨੇ ਇਹਦੇ ਬੰਦਿਆਂ ਨੇ ਉਹਨੂੰ ਦੱਸਿਆ ਵਾ ਵੀ ਇਹ ਕੈਪਟਨ ਅਮਰਿੰਦਰ ਸਿੰਘ ਵਾਂਗੂ ਇਹ ਅਮਿਤ ਸ਼ਾਹ ਦੇ ਨਾਲ ਪੂਰਾ ਗਿਟਮਟ ਹੋ ਗਿਆ ਵੀ ਤੁਸੀਂ ਮੇਰਾ ਬਚਾ ਰੱਖੋ, ਮੈਂ ਅੰਡਰਗਰਾਉਂਡ ਤੁਹਾਡੇ ਨਾਲ ਆ। ਸੇਮ ਥਿੰਗ ਕੈਪਟਨ ਅਮਰਿੰਦਰ ਨੇ ਮੋਦੀ ਹੋਣਾ ਨਾਲ ਕੀਤੀ ਸੀਗੀ, ਠੀਕ ਹੈ ਨਾ। ਤੇ ਇਹ ਇਹ ਜਿਹੜੀ ਇਹਨੇ ਪਾਲਿਸੀ ਅਪਲਾਈ ਆ ਇਸੇ ਕਰਕੇ ਤੁਸੀਂ ਦੇਖਿਆ ਹੁਣ ਉਹ ਭਗਵੰਤ ਮਾਨ ਤੋਂ ਦੂਰੀ ਕਰ ਰਿਹਾ, ਲੇਕਿਨ ਉਹ ਭਗਵੰਤ ਮਾਨ ਨੇ ਕੋਈ ਸੈਕੰਡਰੀ ਲੀਡਰ ਬਣ ਨਹੀਂ ਦਿੱਤਾ। ਤੁਸੀਂ ਗਏ ਸੀ ਪਾਰਟੀ ਚ, ਸੁਖਪਾਲ ਖਹਿਰਾ ਗਿਆ ਸੀ, ਜਿਹੜੇ ਜਿਹੜੇ ਤਗੜੇ ਬੰਦੇ ਸੀ ਉਹਨਾਂ ਨੇ ਉਹਨਾਂ ਨੂੰ ਪਰੇ ਕਰਵਾ ਦਿੱਤਾ, ਠੀਕ ਹੈ ਨਾ। ਉਹ ਬੰਦਾ ਉਹ ਚਲਾਕ ਹੈਗਾ, ਉਹਨੇ ਕੋਈ ਸੈਕੰਡਰੀ ਲੀਡਰ, ਤੁਸੀਂ ਕੋਈ ਪੰਜਾਬ ਚ ਲੀਡਰ ਦੱਸ ਦੋ ਵੀ ਜਿਹੜਾ ਸੈਕੰਡਰੀ ਲੀਡਰ ਹੈਗਾ ਜਿਹਦਾ ਨਾਮ ਆ ਹਰਪਾਲ ਚੀਮਾ ਵਾ, ਉਹਦਾ ਉਹਦਾ ਨਾਮ ਹੈਗਾ ਨਾ, ਉਹ ਕਦੀ ਬੋਲਦਾ ਹੀ ਨੀਗਾ। ਜਿਹੜਾ ਬੰਦਾ ਸੈਕਟਰੀ ਬੋਲਦਾ ਹੀ ਨੀਗਾ ਤੇ ਉਹਨੇ ਕੀ ਲੀਡਰ ਬਣਨਾ, ਉਹਨੂੰ ਕਿਹੜਾ CM ਕੱਲ ਨੂੰ ਬਣਾ ਸਕਦਾ। ਇਹ ਬੰਦਾ ਜਿਹੜਾ ਨਾ ਕੇਜਰੀਵਾਲ, ਇਹਦੀ ਪਾਲਿਸੀ ਬੜੀ ਮਾੜੀ ਆ। ਪਹਿਲਾਂ ਦੇਖੋ ਸੁਖਪਾਲ ਖਹਿਰੇ ਨੂੰ ਇਹਨੇ ਅਰੈਸਟ ਕਰਵਾਇਆ NDP, ਜੋ ਕਿੰਨੀ ਮਾੜੀ ਚੀਜ਼ ਸੀਗੀ, ਤੁਹਾਡਾ ਕਲੀਗ ਰਿਹਾ ਤੇ ਮੈਨੂੰ ਸਾਨੂੰ ਬੜਾ ਦੁੱਖ ਹੁੰਦਾ, ਕਹਿੰਦਾ ਇਹਨੇ ਉਹਨੂੰ ਅਰੈਸਟ ਕਰਵਾ ਦਿੱਤਾ ਤੇ ਇੱਥੇ ਆਣ ਕੇ ਕਹਿੰਦਾ ਬਹੁਤ ਵੱਡਾ ਟੈਰਰਿਸਟ ਅਸੀਂ ਫੜ ਲਿਆ ਵਾ ਜਦੋਂ ਪੰਜਾਬ 'ਚ ਆਇਆ ਸੀਗਾ ਬਾਅਦ। ਇਹਦੀ ਜਿਹੜੀ ਜ਼ਬਾਨ ਦਾ ਇੱਕ ਇੱਕ ਲਫ਼ਜ਼ ਆ ਉਹ ਉਹ ਹਰ ਇੱਕ ਦੁਨੀਆਂ ਦੇ, ਅਸੀਂ ਬਾਹਰ ਬੈਠੇ ਅਸੀਂ ਦੇਖਦੇ ਹਾਂ ਵੀ ਇਹ ਪੰਜਾਬ ਦੇ ਲੋਕ ਹਿੰਦੁਸਤਾਨ ਲੋਕ ਕਿਸ ਤਰ੍ਹਾਂ ਦੀ ਗੇਮ ਪਲੇ ਕਰਦੇ ਆ। ਬੇਸ਼ੱਕ ਅਸੀਂ ਉੱਥੇ ਬਹੁਤ ਅਸੀਂ ਸਿਰਫ ਅਜੇ ਟੂਰਿਸਟ ਜਾਣਾ ਹੁੰਦਾ ਵਾ 2-3 ਵੀਕ ਵਾਸਤੇ, ਸੁਣਦੇ ਹਾਂ ਤੁਹਾਡੀਆਂ ਵੀ ਗੱਲਾਂ ਸੁਣਦੇ ਹਾਂ ਤੇ ਸਾਨੂੰ ਇਹ ਵੀ ਦੁੱਖ ਹੁੰਦਾ ਵੀ ਤੁਸੀਂ ਚੰਗੇ ਭਲੇ ਵਧੀਆ ਪੋਲੀਟੀਸ਼ਨ ਪੰਜਾਬ ਪੋਲੀਟਿਕਸ ਆਏ ਤੇ ਨਹੀਂ ਛੱਡ ਕੇ ਚਲੇ ਗਏ, ਠੀਕ ਹੈ ਨਾ। ਤੇ ਇਹਦੇ ਜਿਹੜੇ ਇੰਸਟੈਂਸ ਨੇ ਵੀ 4 ਮਹੀਨੇ ਬਾਅਦ ਇਹ ਸਾਰਾ ਇਲੈਕਸ਼ਨ ਜਿੱਤ ਕੇ ਫਿਰ ਇਹਨੂੰ ਪੀਪਲ ਕਰਨਗੇ, ਕਿੰਨੀ ਗਲਤ ਗੱਲ ਹੈ। ਉਹਨੂੰ ਕਿਹਾ ਫਿਰ ਉਹਨੂੰ ਰਿਲੀਜ਼ ਕਰਵਾ, ਠੀਕ। ਸੋ ਇਹ ਅਗਲੇ 4 ਮਹੀਨੇ ਬਾਅਦ ਇਲੈਕਸ਼ਨ ਪ੍ਰਤੀ ਨੂੰ ਧਿਆਨ ਚ ਰੱਖਦੇ ਸਭ ਕੀਤਾ ਜਾ ਰਿਹਾ। ਮਿਹਰਬਾਨੀ ਪਰਮਜੀਤ ਜੀ, ਥੈਂਕ ਯੂ।